ਨਹੀਂ ਹੈ। ਦਰਸ਼ਕ ਵੀਰ ਅੱਗੇ ਦਾ ਖਿਆਲ ਰੱਖੋ, ਜਿਹੜੇ ਵੀ ਅਖਾੜੇ ਦੇ ਅੰਦਰ ਬੰਦੇ ਬੈਠੇ ਸਾਰੇ ਜਿੰਨੇ ਖੜੇ ਆ, ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬੈਠ ਜਾਓ। ਪਿੱਛੇ ਸਾਰੇ ਦਰਸ਼ਕ ਵੀਰ ਦੇਖ ਰਹੇ ਆ, ਕਿਸੇ ਨੂੰ ਦੇਖਣ ਵਿੱਚ ਮੇਲਾ ਪਰੇਸ਼ਾਨੀ ਨਾ ਹੋਵੇ। ਪੰਡਕੇ ਦੀ ਕੁਸ਼ਤੀ ਝੰਡੀ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਆ, ਜੱਸਾ ਪੰਡੀ ਮਸਜਿਦ ਬਣੀਆਂ ਜੰਮੂ। ਮੱਟੂ ਸਾਹਿਬ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਵੀ ਇੱਕ ਫੋਟੋ ਤੋਂ ਬਾਅਦ ਆਪਾਂ ਨਾਲੇ ਜਿਹੜਾ ਕੈਮਰਾ ਬਾਹਰ ਕਰ ਦਈਏ, ਕਿਉਂਕਿ ਵੱਡੇ ਕੈਮਰੇ ਲੱਗੇ ਹੋਏ ਨੇ ਦੁਆਬਾ ਟੀਵੀ ਵਾਲਿਆਂ ਦੇ, ਆਹ ਕੁਸ਼ਤੀ ਦੇ ਕੰਡੇ ਯੁੱਧ ਚੱਲ ਰਹੇ ਆ। ਹੈਲੋ, ਹਾਂਜੀ, ਬੇਨਤੀ ਆ ਸਾਰਿਆਂ ਨੂੰ ਕਿ ਰੈਫਰੀ ਸਾਹਿਬਾਨ ਤੋਂ ਬਿਨਾਂ ਕੋਈ ਪਿੰਡ 'ਚ ਨਹੀਂ ਜਾਏਗਾ। ਹੁਣ ਸਿਰਫ ਰੈਫਰੀ ਸਾਹਿਬਾਨ ਅਤੇ ਪਹਿਲਵਾਨ ਰਹਿਣਗੇ ਕੁਸ਼ਤੀ ਚੱਲਦੀ ਵਾਲੇ, ਬਾਕੀ ਮੇਰਾ ਕੋਈ ਵੀਰ ਪਹਿਲਵਾਨ ਅੰਦਰ ਜਾਣ ਦੀ ਖੇਚਲ ਨਾ ਕਰੋ ਮਿਹਰਬਾਨੀ ਜੀ। ਨਾ ਇੱਕ ਮੇਰੀਆਂ ਪਹਿਲਵਾਨ ਜੀ ਜੰਮੂ ਇੱਕ ਵਾਰ ਹੱਥ ਖੜਾ ਕਰੇ। ਸਾਬੀ ਭਾਈ ਲਾਲ ਰੰਗ ਦੀ ਕੈਦ ਹੈ, ਗੁਰਪ੍ਰੀਤ ਨੂੰ ਇੱਧਰ ਕਰ ਦਿਓ। ਔਰ ਦੂਸਰੇ ਪਾਸੇ ਦੱਸਣ ਦੀ ਲੋੜ ਨਹੀਂ, ਤਾੜੀਆਂ ਮਾਰ ਦੋ ਜ਼ੋਰਦਾਰ। ਇਹ ਆ ਜੱਸਾ ਪਹਿਲਵਾਨ ਜੀ ਪੱਟੀ, ਇਹ ਬਿਨੀਆ ਜੰਮੂ ਕਹਿੰਦੇ ਪੰਜਾਬ ਪੁਲਿਸ ਦੇ ਵਿੱਚੋਂ ਜਿਹੜੀ ਜ਼ਿੰਮੇਵਾਰੀ ਵੱਡੀ, ਹੁਣੇ ਹੁਣੇ ਮੈਡਲ ਲੈ ਕੇ ਆਇਆ ਆਪਣੇ ਭਾਰ ਵਰਗ ਦੇ ਵਿੱਚ, ਜਿਹੜੇ ਪੰਜਾਬ ਪੁਲਿਸ ਦੇ ਟ੍ਰਾਇਲ ਹੋਏ ਉਹਨਾਂ 'ਚ ਭਰਾ ਨੇ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਲੈਮਰ ਪਹਿਲਵਾਨ ਜੀ ਸ਼ਾਹਗੁਰ ਜਾਣਕਾਰੀ ਦੇ ਕੇ ਗਏ ਆ। ਲਓ ਸਾਹਮਣੇ ਦੇਖਾਂਗੇ ਇਧਰਲੇ ਪਾਸੇ ਕੁਸ਼ਤੀ ਵੱਡੀ, ਇੱਕ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਤੇ ਦੂਸਰੇ ਪਾਸੇ ਬਿਨੀਆ ਪਹਿਲਵਾਨ ਜੀ ਜੰਮੂ ਦੇ ਦਰਮਿਆਨ ਵੱਡਾ ਯੁੱਧ ਸ਼ੁਰੂ ਹੋ ਗਿਆ। ਪਰ ਉਰਲੇ ਪਾਸੇ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਤੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਦੇ ਦਰਮਿਆਨ ਜਿਹੜੀ ਕੁਸ਼ਤੀ ਹੈ ਤੇ ਕੁਝ ਕੁ ਪਲ ਬਾਕੀ ਰਹਿ ਗਏ। ਇੱਕ ਪਾਸੇ ਕੁਸ਼ਤੀ ਕਹਿੰਦੇ ਸਵਰਗਵਾਸੀ ਸਰਦਾਰ ਭਜਨ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਸਮਰਾ ਪਰਿਵਾਰ ਦੇ ਵੱਲੋਂ ਕੁਸ਼ਤੀ ਹੈ ਤੇ ਪਰਲੇ ਪਾਸੇ ਖਾਲਸਾ ਛਿੰਜ ਕਮੇਟੀ ਦੇ ਵੱਲੋਂ ਵੱਡਾ ਯੋਗਦਾਨ। ਜੇ ਕੁਸ਼ਤੀ ਦਾ ਸਵਾਲ ਆਉਂਦਾ ਤਾੜੀ ਮਾਰ ਦਿਓ, ਹਿਲ ਜੁਲ ਕੇ ਆਪਾਂ ਆਨੰਦ ਲੈਣਾ ਹੈ, ਹਿਲ ਜੁਲ ਕੇ ਆਨੰਦ ਲੈਣਾ, ਨਾਲੇ ਕੁਸ਼ਤੀ ਪੁਆਇੰਟ ਤੇ ਕਰਾ ਦਿਓ ਗੁਰਮੀਤ, ਟਾਈਮ ਨਹੀਂ ਹੈਗਾ। ਬਹੁਤ ਵੱਡੇ ਪੱਧਰ ਦੀ ਕੁਸ਼ਤੀ ਜਿਹੜੀ ਚੱਲ ਰਹੀ ਹੈ, ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ। ਗੱਲਾਂ ਸਮਝਦੀਆਂ ਹੀਰੇ ਪਰਖੀ ਦੇ ਨੇ ਕੁਹਾੜੀਆਂ ਤੋਂ, ਜਾਣੇ ਜੋਰੇ ਕਹਿਮਤ ਤੋਲਿਆਂ ਦੀ, ਭਰੇ ਹੁਣ ਬਾਤਾਂ ਸ਼ੋਰ ਨਹੀਂ ਕਰਦੇ, ਆਵਾਜ਼ ਹੁੰਦੀ ਥੋਤੇ ਛੋਲਿਆਂ ਦੀ, ਸੱਚੀ ਗੱਲ ਸਮਾਂ ਸਮਰੱਥ ਹੁੰਦਾ, ਲਿਪੇ ਬਿਨਾਂ ਕੀ ਜੂਨ ਭੜੋਲਿਆਂ ਦੀ, ਸੰਧੂ ਘਰਾਂ ਦੇ ਘਰ ਬਰਬਾਦ ਹੋਵਣ, ਆਹ ਮਾੜੀ ਹੁੰਦੀ ਹੈ ਆਦਤ ਤੋਲਿਆਂ ਦੀ। ਇਹ ਹੀਰੇ ਹੈ ਅੱਜ ਦੇ ਟਾਈਮ ਕਹਿੰਦੇ ਚੋਟੀ ਦੇ ਮੱਲਾਂ 'ਚ ਨਾਮਣਾ ਹੈ, ਪੱਟੀ ਵਾਲਾ ਜੱਸਾ ਸਿੱਖ ਸਰਦਾਰ ਕਬਰੂ ਹੈ। ਦੂਸਰੇ ਪਾਸੇ ਦੇਖਾਂਗੇ ਮੱਲ ਬਿਨੀਆਂ ਪਹਿਲਵਾਨ ਜੀ ਜੰਮੂ, ਧੰਨਵਾਦ ਕੀਤਾ ਜਾ ਰਿਹਾ ਸਰਦਾਰ ਅਵਤਾਰ ਸਿੰਘ ਜੀ ਘੋਲਾ ਖਹਿਰਾ ਵੱਡੀਆਂ ਫਲਾਰ ਵਾਲੇ ਦੁਆਬੇ ਦੇ ਵੱਡੇ ਪ੍ਰਮੋਟਰ ਨੇ, ਅੱਜ ਦੇ ਛਿੰਝ ਮੇਲੇ ਨੂੰ ਲਾਈਵ ਦੇਖ ਰਹੇ, ਬਹੁਤ ਵੱਡਾ ਸਤਿਕਾਰ। ਲਓ ਸਿਰੇ ਦੀ ਕੁਸ਼ਤੀ ਅੱਜ ਮਹਿਤਪੁਰ ਦਾ ਦੰਗਲ ਹੈ, ਦੁਨੀਆਂ ਦੇ ਨਾਮੀ ਮੱਲਾਂ ਦੇ ਦਰਸ਼ਨ ਕਰਵਾਏ ਹੈ ਸਰਦਾਰ ਬਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਨੇ ਸਿਰਾ ਕਰਵਾ ਦਿੱਤਾ ਤੇ ਆਹ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਹੁਣ ਲੱਗੀ ਹੈ। ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ, ਤਾਲਬ ਪਹਿਲਵਾਨ ਜੀ ਬਾਬਾ ਫਲਾਈ ਦੇ ਦਰਮਿਆਨ ਜਿਹੜੀ ਕੁਸ਼ਤੀ ਹੈ, ਇਹ ਸਰਦਾਰ ਸਵਰਗਵਾਸੀ ਭਜਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਹੈ। ਹਾਂਜੀ ਹਾਂਜੀ ਪੁਆਇੰਟ ਦੇ ਪਰਲੇ ਪਾਸੇ ਆਹ ਤਾੜੀਆਂ ਮਾਰ ਦੋ ਬਿਨੀਆਂ, ਤੇ ਦੂਸਰੇ ਪਾਸੇ ਐਨ ਕਹਿੰਦੇ ਜੱਸਾ ਪਹਿਲਵਾਨ ਜੀ ਪੱਟੀ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ, ਖਾਲਸਾ ਛਿੰਝ ਕਮੇਟੀ ਦੇ ਵੱਲੋਂ ਵੱਡਾ ਯੋਗਦਾਨ ਦਿੱਤਾ ਗਿਆ। ਗੁਰਮੀਤ ਸਿੰਘ ਘੁੰਮ ਫਿਰ ਕੇ ਆਨੰਦ ਮਾਣੀਏ, ਲਓ ਸਿਰੇ ਦੀ ਟੱਕਰ ਕਿਉਂ ਕਾਰੋਗਾ ਨਾ ਵਧੇ ਸੰਧੂਆ, ਜਿੱਥੇ ਨਿੱਕੇ ਨਿਆਣਿਆਂ ਦੀ ਚੱਲੇ ਮਰਜ਼ੀ, ਖੇਤੀ ਵਾਲੇ ਕੰਮ 'ਚ ਕੀ ਤਰੱਕੀ ਕਰੂ, ਜਿਹੜਾ ਜੱਟ ਧੁੱਪ ਤੋਂ ਮੰਨੇ ਲਰਜੀ, ਦੇਖਿਓ ਇੱਕ ਦਿਨ ਪੀ ਕੇ ਹੀ ਮਰੂਗਾ, ਪੱਠੀ ਲਾ ਕੇ ਜਿਹੜਾ ਘਰੇ ਨਿੱਤ ਕੱਢਦਾ ਕਾਮਯਾਬ ਹੁੰਦਾ ਨੀ ਦੁਕਾਨਦਾਰੀ 'ਚ, ਉਹ ਸੂਰਜ ਚੜ੍ਹੇ ਤੋਂ ਜਿਹੜਾ ਚੁੱਲੀ ਛੱਡਦਾ, ਸੂਰਜ ਚੜ੍ਹੇ ਤੋਂ ਜਿਹੜਾ ਬਿਸਤਰਾ ਛੱਡਦਾ, ਇਹ ਕਾਮਯਾਬੀ ਮਿਲਣੀ ਹੈ ਨਾਮੇ ਤੇ ਸੁਨਾਮੇ ਵੱਡੇ ਆ। ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ,
ਤਾਲਬ ਪਹਿਲਵਾਨ ਜੀ ਬਾਬਾ ਫਲਾਈ ਇਹ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਕੁਸ਼ਤੀ ਚੱਲ ਰਹੀ ਪਾਂਡ ਦੇ ਆਧਾਰ ਤੇ ਪਰਲੇ ਪਾਸੇ ਕੁਸ਼ਤੀ ਕਹਿੰਦੇ ਸਾਡੇ ਖਾਲਸਾ ਛਿੰਝ ਕਮੇਟੀ ਦੇ ਵੱਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਸਾਰੇ ਭਰਾਵਾਂ ਦੇ ਵੱਲੋਂ 1,41,000 ਦੀ ਝੰਡੀ ਹੈ ਜਿਹਦੇ ਵਿੱਚ ਸਾਹਮਣੇ ਦੇਖਾਂਗੇ ਬੱਲੇ ਬੱਲੇ ਨਾ ਤਾੜੀਆਂ ਮਾਰਦੇ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਆਹ ਪਾਂਡ ਦੇ ਆਧਾਰ ਤੇ ਜੇਤੂ ਰਿਹਾ ਮੁੰਡੇ ਨੇ ਸਿਰਾ ਕਰਵਾ ਦਿੱਤਾ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਪਰਲੇ ਪਾਸੇ ਅੱਜ ਦੀ ਲਾਸਟ ਕੁਸ਼ਤੀ ਹੈ ਹੁਣ ਤਾੜੀਆਂ ਮਾਰੋ ਮੱਲਾਂ ਦੇ ਲਈ ਦੁਨੀਆਂ ਦੇ ਵੱਡੇ ਮੱਲ ਨੇ ਜਿਨ੍ਹਾਂ ਦੇ ਦਰਮਿਆਨ ਐਨ ਸਿਰੇ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਨਾਲ ਜੋਰ ਦੇ ਮੁਲਕਾ ਲਾਇਆ ਗਿਆ ਮੁਲਤਾਨ ਕਸ਼ਮੀਰ ਪਸ਼ਾਰ ਚੰਬਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ ਖੁੱਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਖ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦ ਦਾ ਜਾਨ 50 ਵਰਸਾ ਉਹ ਅੱਛਾ ਰੱਜ ਕੇ ਨਾਮ ਕਮਾਇਆ ਗਿਆ ਤਾੜੀਆਂ ਮਾਰ ਦਿਓ ਜੇ ਕੁਸ਼ਤੀ ਦਾ ਸਵਾਦ ਆਉਣਾ ਹੈ ਸਰਦਾਰ ਬਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਵੱਲੋਂ ਆਈ ਹੋਈ ਸਾਰੀ ਸੰਗਤ ਹੈ ਜਿੰਨੀਆਂ ਵੀ ਛਿੰਝ ਕਮੇਟੀਆਂ ਪੁੱਜੀਆਂ ਨੇ ਬਹੁਤ ਵੱਡਾ ਧੰਨਵਾਦ ਪਹਿਲੇ ਪਾਸੇ ਪਟਿਆਲਾ ਜੱਸਾ ਦੇ ਤਲੜੇ ਪਾਸੇ ਬਿਨੀਆ ਪਹਿਲਵਾਨ ਜੀ ਜੰਮੂ ਜਿਹਨਾਂ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਛਿੰਝ ਕਮੇਟੀ ਜਿਹਨਾਂ ਦੇ ਵੱਲੋਂ ਖਾਲਸਾ ਛਿੰਝ ਕਮੇਟੀ ਦੇ ਵੱਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਅੱਜ ਦੀ ਵੱਡੀ ਕੁਸ਼ਤੀ ਦੇ ਵਿੱਚ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਅਗਲੇ ਸਾਲ ਦੇ ਲਈ ਇਸ ਵਾਰ ਕੋ ਅਸੀਂ ਸਰਦਾਰ ਤਦਾਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 31,000 ਰੁਪਇਆ ਕਰ ਦਿੱਤਾ ਸਾਡੇ ਭਰਾ ਅਮਰਜੀਤ ਸਿੰਘ ਉਹਨਾਂ ਨੇ ਜਰਮਨ ਵਾਲੀਆਂ ਸ਼ਖਸੀਅਤਾਂ ਨੇ ਵੱਡਾ ਮਾਣ ਸਤਿਕਾਰ ਅਗਲੇ ਸਾਲ 31,000 ਰੁਪਏ ਕਰ ਦਿੱਤਾ ਖਾੜੇ ਦੇ ਵਿੱਚ ਪਾਣੀ ਲੈ ਕੇ ਜਾਵੇ ਮੇਰੇ ਵੀ ਜਿਹੜੇ ਸੇਵਾਦਾਰ ਭਰਾ ਉਹਨਾਂ ਭਰਾਵਾਂ ਨੂੰ ਦੇਖ ਕੇ ਵੀ ਪਾਣੀ ਲੈ ਕੇ ਜਾਣ ਪਰ ਇਧਰਲੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਬਿਨੀਆ ਪਹਿਲਵਾਨ ਜੀ ਜੰਮੂ ਦੇ ਦਰਮਿਆਨ ਐਨ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਹੋ ਗਈ ਬੱਲੇ ਬੱਲੇ ਕਿ ਗੂਗਲ ਤੋਂ ਸਰਚ ਨਹੀਂ ਹੁੰਦੇ ਹੌਸਲੇ ਲੱਗਦੀ ਦਲੇਰੀਆਂ ਦੀ ਸੇਲ ਨਹੀਂ ਹੁੰਦੀ ਮਿਲਦੇ ਜਨੂੰਨ ਡਿਸਕਾਊਂਟ ਤੇ ਨਹੀਂ ਜਜ਼ਬੇ ਦੀ ਪੀਡੀਐਫ ਮੇਲ ਨਹੀਂ ਹੁੰਦੀ ਖੇਤਾਂ ਵਾਲੀ ਪਈ ਨਾਪ ਕਿੱਥੋਂ ਦੱਸਦੇ ਦੇਖਣੀ ਜ਼ਮੀਨ ਪੈਂਦੀ ਹਰ ਕੋਣ ਤੋਂ ਔਰ ਠੋਕਰਾਂ ਸੁਕਾਉਂਦੀਆਂ ਨੇ ਬਲ ਜੋਣ ਦਾ ਮਿਲਦੇ ਤਜਰਬੇ ਨਾ ਐਮਾਜ਼ੋਨ ਤੋਂ ਪਰ ਇਧਰਲੇ ਪਾਸੇ ਜੱਸਾ ਤੇ ਬਿਨੀਆ ਕੁਸ਼ਤੀ ਚੱਲ ਰਹੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਇੱਕ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਦੂਸਰੇ ਪਾਸੇ ਬਿਨੀਆ ਪਹਿਲਵਾਨ ਜੀ ਜੰਮੂ ਜਿਨ੍ਹਾਂ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਹੈ ਨਾਮੀ ਮੱਲ ਨੇ ਦੋਨੇ ਦੇਖਾਂਗੇ ਕਾਰ ਦਾ ਗੱਲਾਂ ਸਮਝਦੀਆਂ ਹੰਕਾਰ ਟੈਂਟ ਹਾਊਸ ਦਾ ਧੰਨਵਾਦ ਹੈ ਔਰ ਧੰਨਵਾਦ ਕੀਤਾ ਜਾ ਰਿਹਾ ਜਿੱਥੇ ਰਾਤ ਸੌਣ ਦਾ ਉੱਥੇ ਸਾਡੇ ਦੁਆਬਾ ਟੀਵੀ ਵਾਲੇ ਭਰਾਵਾਂ ਦਾ ਜਿਨ੍ਹਾਂ ਵੱਲੋਂ ਵੱਡੀਆਂ ਸੇਵਾਵਾਂ ਨੇ ਜਿੰਨੀਆਂ ਵੀ ਸ਼ਖਸੀਅਤਾਂ ਸਟੇਜ ਤੇ ਬੈਠੀਆਂ ਨੇ ਬਜ਼ੁਰਗ ਬੈਠੇ ਆ ਇਲਾਕੇ ਦੀਆਂ ਸ਼ਖਸੀਅਤਾਂ ਬੈਠੀਆਂ ਨੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਸਰਦਾਰ ਬਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਦਿਲੋਂ ਪਿਆਰ ਕਰਦੇ ਸਾਰੇ ਭਰਾਵਾਂ ਨੂੰ ਵੀ ਤੁਸੀਂ ਚੱਲ ਕੇ ਹੋ ਸਾਡੇ ਲਈ ਸੋਨਾ ਇਧਰਲੇ ਪਾਸੇ ਕੀ ਹੋ ਗਿਆ ਹੋ ਗਈ ਲਾ 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 ਆ ਸਾਹਮਣੇ ਦੇਖਾਂਗੇ ਜੱਸਾ ਪਹਿਲਵਾਨ ਜੀ ਪੱਟੀ ਜੇਤੂ ਆ ਤਾੜੀਆਂ ਮਾਰ ਹੋ ਅਸੀਂ ਧੰਨਵਾਦੀ ਐਮਐਲਏ ਸਾਹਿਬ ਦੇ ਜਿਹਨਾਂ ਨੇ ਕਮੇਟੀ ਨੂੰ 5,500 ਰੁਪਇਆ ਭੇਜਿਆ ਅਸੀਂ ਤਹਿ ਦਿਲੋਂ ਧੰਨਵਾਦੀ ਆ ਖਾਲਸਾ ਨਗਰ ਕਮੇਟੀ ਵਾਲਿਆਂ ਦੀ ਹੁਣ ਹੈਲੋ ਕਮੇਟੀ ਵੱਲੋਂ ਸੇ ਭਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਸਾਡੇ ਜਿੰਦਰ ਸਮਰਾ ਉਹਨਾਂ ਵੱਲੋਂ ਸਾਰੇ ਭਰਾਵਾਂ ਦਾ ਧੰਨਵਾਦ ਕੀਤਾ ਗਿਆ 17 ਤੇ 18 ਤਰੀਕ ਨੂੰ ਵੱਡਾ ਕਬੱਡੀ ਕੱਪ ਆਉਣਾ ਇਸੇ ਧਰਤੀ ਦੇ ਵਿੱਚ